ਖਬਰ ਪਠਾਨਕੋਟ ਤੋਂ ਹੈ ਤੁਹਾਨੂੰ ਦੱਸ ਦਈਏ ਕਿ ਪਿਛਲੇ 71 ਦਿਨਾਂ ਤੋਂ ਰঞ্জੀਤ ਸਾਗਰ ਡੈਮ ਦੇ ਚੀਫ ਇੰਜੀਨੀਅਰ ਦੇ ਦਫਤਰ ਦੇ ਬਾਹਰ ਕੁਝ ਪਰਿਵਾਰਾਂ ਨੇ ਡੇਰਾ ਲਾਇਆ ਹੋਇਆ ਹੈ ਉਹਨਾਂ ਦਾ ਕਹਿਣਾ ਹੈ ਕਿ ਜਿਸ ਵੇਲੇ ਰঞ্জੀਤ ਸਾਗਰ ਡੈਮ ਬਣਿਆ ਸੀ ਤੇ ਉਹਨਾਂ ਦੀਆਂ ਜ਼ਮੀਨਾਂ ਸਰਕਾਰ ਵੱਲੋਂ ਐਕਵਾਇਰ ਕੀਤੀਆਂ ਗਈਆਂ ਸੀ ਅਤੇ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਜਿਨ੍ਹਾਂ ਦੀਆਂ ਜ਼ਮੀਨਾਂ ਸੀ ਐਕਵਾਇਰ ਕਰ ਰਹੇ ਹਨ ਉਹਨਾਂ ਦੇ ਪਰਿਵਾਰ 'ਚੋਂ ਇੱਕ ਬੰਦੇ ਨੂੰ ਨੌਕਰੀ ਦਿੱਤੀ ਜਾਵੇਗੀ ਕੁਝ ਕੁ ਪਰਿਵਾਰਾਂ ਨੂੰ ਨੌਕਰੀ ਦਿੱਤੀ ਵੀ ਗਈ ਹੈ ਲੇਕਿਨ ਹਾਲੇ ਵੀ ਬਹੁਤ ਸਾਰੇ ਐਸੇ ਪਰਿਵਾਰ ਨੇ ਜਿਹੜੇ ਕੇ ਸਰਕਾਰੀ ਨੌਕਰੀ ਤੋਂ ਵਾਂਝੇ ਰਹਿ ਗਏ ਨੇ ਐਸੇ ਕਰਕੇ ਉਹਨਾਂ ਦੇ ਦੋ ਬਜ਼ੁਰਗ ਵੀ ਪੈਟਰੋਲ ਦੀਆਂ ਬੋਤਲਾਂ ਨਾਲ ਲੈ ਕੇ ਟਾਵਰ ਉੱਤੇ ਚੜੇ ਹੋਏ ਨੇ ਇਹ ਪਰਿਵਾਰ ਬਹੁਤ ਹੀ ਦੁਖੀ ਨੇ ਔਰ ਪਿਛਲੇ ਬਹੁਤ ਸਾਲਾਂ ਤੋਂ ਇਹ ਪ੍ਰਦਰਸ਼ਨ ਕਰਦੇ ਆ ਰਹੇ ਨੇ ਹੁਣ ਦੇਖਣਾ ਇਹ ਹੈ ਕਿ ਸਰਕਾਰ ਜਾਂ ਪ੍ਰਸ਼ਾਸਨ ਕਦੋਂ ਤੱਕ ਇਹਨਾਂ ਦੀ ਗੁਹਾਰ ਸੁਣਦਾ ਹੈ ਦੇਖਦੇ ਹਾਂ ਇਹ ਖਾਸ ਖਬਰ ਬਰਾਜੋਸਤੀ ਸੰਘਰਸ਼ ਕਮੇਟੀ ਜੁਗਿਆਲ ਵੱਲੋਂ ਆਪਣੇ ਹੱਕ ਲੈਣ ਵਾਸਤੇ 28 ਸਾਲ ਤੋਂ ਸੰਘਰਸ਼ ਕੀਤਾ ਆ ਰਹੇ ਆ ਅੱਜ ਸਾਨੂੰ 70 ਦਿਨ ਹੋ ਗਿਆ ਚੀਫ ਦਫਤਰ ਛਾਪਰ ਕੰਡੇ ਦੇ ਵਿੱਚ ਟਰੈਕਟਰ ਟਰਾਲੀਆਂ ਸਮੇਤ ਪਰਿਵਾਰਾਂ ਸਮੇਤ 6 ਮਹੀਨਿਆਂ ਰਾਸ਼ਨ ਪਾਣੀ ਲੈ ਕੇ ਆਪਾਂ ਇੱਥੇ ਧਰਨੇ ਤੇ ਬੈਠੇ ਆ ਸਾਡੇ ਕੀਤੇ ਸੁਣਵਾਈ ਨਹੀਂ ਹੋ ਰਹੀ ਪਿਛਲੇ ਸਾਲ 2019 ਦੀ ਗੱਲ ਹੈ ਤਾਂ ਰਾਜੇਪਾਲ ਨੇ ਇੱਕ ਆਰਡਰ ਕੀਤਾ ਸੀ ਕਿ ਜਿਹੜੀ ਰنجੀਤ ਸਾਗਰ ਡੈਮ ਦੀ ਪਾਲਿਸੀ ਆ ਉਹਦੇ ਵਿੱਚ ਸੋਧ ਕੀਤਾ ਜਾਵੇ ਔਰ ਜਿਹੜੇ ਬੰਦੇ ਪਰਿਵਾਰ ਆ ਉਹਨਾਂ ਨੂੰ ਲਭ ਦਿੱਤਾ ਜਾਵੇ ਜੇ ਤੇ ਉਹਦੇ ਵਿੱਚ ਡੀਸੀ ਸਾਹਿਬ ਸਰਦਾਰ ਗੁਰਪ੍ਰੀਤ ਸਿੰਘ ਖੈਰਾਜੀ ਚੇਅਰਮੈਨ ਸੀ ਤਾਂ ਉਹਨਾਂ ਨੇ ਪਾਲਿਸੀ ਨੂੰ ਸੋਧ ਕਰਕੇ ਤੇ ਉਹ ਪਾਲਿਸੀ ਚੰਡੀਗੜ੍ਹ ਭੇਜਣੀ ਸੀ ਕਰੋਨਾ ਕਾਰਨ ਤੇ ਉਹਦੇ ਡੀਸੀ ਸਾਹਿਬ ਦੀ ਬਦਲੀ ਹੋ ਗਈ ਕਰੋਨਾ ਕਾਰਨ ਦੇ ਵਿੱਚ ਉਹ ਰਿਪੋਰਟ ਨਹੀਂ ਚੰਡੀਗੜ੍ਹ ਭੇਜ ਸਕੇ ਉਸ ਤੋਂ ਬਾਅਦ ਜਿਹੜਾ ਡੈਮ ਦਾ ਪ੍ਰਸ਼ਾਸਨ ਜੀ ਇਹਨਾਂ ਨੇ ਉਹ ਰਿਪੋਰਟ ਪਤਾ ਨਹੀਂ ਕਿੱਥੇ ਭੇਜੀ ਕਿੱਥੇ ਨਹੀਂ ਭੇਜੀ ਤੇ ਉਹ ਇਹਨਾਂ ਨੇ ਪ੍ਰਿੰਸੀਪਲਸ ਕੋਲ ਨੂੰ ਇਹਨਾਂ ਆਪਣੀ ਇੱਕ ਰਿਪੋਰਟ ਬਣਾ ਕੇ ਹੋਰ ਭੇਜ ਦਿੱਤੀ ਕਿ ਕਿਸੇ ਨੂੰ ਨੌਕਰੀ ਨਹੀਂ ਦਿੱਤੀ ਜਾਵੇ ਜਿਹੜਾ ਡੀਸੀ ਸਾਹਮਣੇ ਸਾਫ਼ ਲਿਖਤਾ ਕਿ ਇਹ ਗਰੀਬ ਪਰਿਵਾਰ ਐ ਇਹਨੂੰ ਨੌਕਰੀ ਦਿੱਤੀ ਜਾਵੇ ਉਹ ਰਿਪੋਰਟ ਅੱਜ ਵੀ ਸਾਡੇ ਕੋਲੋਂ ਪਈ ਹੈ ਤੇ ਪਿਛਲੇ ਕੱਲ ਦੀ ਗੱਲ ਹੈ ਕਿ ਸਾਡੇ ਬਜ਼ੁਰਗ ਦੋ ਇੱਕ ਦੀ ਉਮਰ 87 ਸਾਲ ਹੈ ਇੱਕ ਦੀ 76 ਸਾਲ ਹੈ ਉਹ ਦੁਖੀ ਹੋ ਕੇ ਉਹ ਟਾਵਰ ਤੇ ਚੜੇ ਨੇ ਆਪਾਂ ਮੰਗ ਕਰਦੇ ਹਾਂ ਜਿਹੜੀ ਖਿਆਰਾ ਸਾਹਮਣੇ ਰਿਪੋਰਟ ਡੀਸੀ ਸਾਹਮਣੇ ਬਣਾਈ ਆ ਉਹਨੂੰ ਲਾਗੂ ਕੀਤਾ ਜਾਵੇ ਔਰ ਜਿਹੜੇ ਰਹਿੰਦੇ ਪਰਿਵਾਰ ਆ ਉਹਨਾਂ ਨੂੰ ਰੁਜ਼ਗਾਰ ਦਿੱਤਾ ਜਾਵੇ ਪਠਾਨਕੋਟ ਤੋਂ ਗੁਰਦੇਵ ਜੋਹਲ ਦੀ ਖਾਸ ਖਬਰ ਮੈਂ ਆਪਣੇ ਇਹ ਮੋਢਿਆਂ ਤੇ ਗੋਡਿਆਂ ਤੋਂ ਬਹੁਤ ਦੁਖੀ ਸੀ ਮੇਰੇ ਲਈ ਤਾਂ ਤੁਰਨਾ ਫਿਰਨਾ ਵੀ ਇਨਾ ਔਖਾ ਹੈ ਸੀ ਮੈਂ ਦੱਸ ਵੀ ਨਹੀਂ ਸਕਦਾ ਪਰ ਜਦ ਤੋਂ ਮੈਨੂੰ ਇਹ ਰਿਲੀਫ ਮਿਲੇ ਹੈ 2-3 ਮਹੀਨੇ ਇਸਤੇਮਾਲ ਕਰਨ ਤੋਂ ਬਾਅਦ ਗੋਡੇ ਵੀ ਓਕੇ ਮੋਢੇ ਵੀ ਓਕੇ ਜੇ ਤੁਸੀਂ ਵੀ ਕਿਸੇ ਇਸ ਤਰ੍ਹਾਂ ਦੀ ਬਿਮਾਰੀ ਤੋਂ ਪਰੇਸ਼ਾਨ ਹੋ ਤੇ ਬੇਚ ਬੇਚ ਜਿਖੋ ਕੇ ਇਸ ਨੂੰ ਇਸਤੇਮਾਲ ਕਰੋ ਸਿਰਫ 2.5 ਮਹੀਨੇ ਇਹ 125 ਬਿਮਾਰੀਆਂ ਦਾ ਇਲਾਜ ਕਰ ਸਕਦਾ ਹੈ ਫੀ ਰੀਲੀਫ ਹਮੇਸ਼ਾ ਯਾਦ ਰੱਖੋ ਬਸ ਕੁਝ ਦਿਨਾਂ ਤੋਂ ਮੈਨੂੰ ਵਾਲਾਂ ਦੀ ਬੜੀ ਸਮੱਸਿਆ ਸੀ ਮੇਰੇ ਵਾਲ ਝੜਨੇ ਸ਼ੁਰੂ ਹੋ ਗਏ ਸੀ ਮੈਨੂੰ ਮੇਰੇ ਦੋਸਤ ਨੇ ਆਇਲ ਫੀ ਰੀਲੀਫ ਵਾਲੇ ਦੱਸਿਆ ਮੈਂ ਇਹ ਤੇਲ 3 ਕੁ ਮਹੀਨੇ ਲਾਣਾ ਆਪਣੇ ਸਿਰ ਤੇ ਅਪਲਾਈ ਕੀਤਾ ਇਹ ਬਿਲਕੁਲ ਆਯੁਰਵੈਦਿਕ ਤੇਲ ਹੈ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ ਤੇ ਮੇਰੇ ਵਾਲ ਜਿਹੜੇ ਗੰਜਪਨ ਪੈਣਾ ਸ਼ੁਰੂ ਹੋ ਗਿਆ ਸੀ ਉਹ ਦੁਬਾਰਾ ਆਣ ਲੱਗ ਗਏ ਤੇ ਮੈਨੂੰ ਤਾਂ ਬੜਾ ਫਾਇਦਾ ਦਿੱਤਾ ਇਸ ਨੇ ਜੇ ਤੁਹਾਨੂੰ ਵੀ ਕਿਸੇ ਇਸ ਤਰ੍ਹਾਂ ਦੀ ਪ੍ਰੋਬਲਮ ਦਾ ਤੁਸੀਂ ਸਾਹਮਣਾ ਕਰ ਰਹੇ ਹੋ ਤਾਂ ਇਹ ਤੇਲ ਲਾਣਾ ਨਾ ਭੁੱਲੋ ਕਿਤਨਾ ਕੀਤੀ ਅਸੀਂ ਆਪਣੇ ਵਾਲਾਂ ਕਰਕੇ ਸ਼ਰਮ